ਲੁਧਿਆਣਾ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਾਇਨਾਤ ਵਧੀਕ ਐਸਐਚਓ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਸਣੇ ਤਿੰਨ ਜਣਿਆਂ ਨੂੰ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ 834 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਬਾਕੀ ਦੋ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਕੌਰ ਅਤੇ ਰੋਹਿਤ ਕੁਮਾਰ ਵਜੋਂ ਹੋਈ ਹੈ। ਟੀਮ ਨੇ ਹਰਜਿੰਦਰ ਦੇ ਕਬਜ਼ੇ ਵਿੱਚੋਂ 16 ਗ੍ਰਾਮ ਅਤੇ ਹਰਜਿੰਦਰ ਕੌਰ ਤੇ ਰੋਹਿਤ ਕੁਮਾਰ ਦੇ ਕਬਜ਼ੇ ਵਿੱਚੋਂ 830 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਆਰੰਭ ਕਰ ਦਿੱਤੀ ਹੈ। ਐਸਟੀਐਫ ਦੇ AIG ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਹੈ ਕਿ ਗੁਪਤ ਸੂਚਨਾ ਮਿਲੀ ਸੀ ਕਿ ਹਰਜਿੰਦਰ ਕੁਮਾਰ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਰਦੀ ਪਾ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ। ਇਸ ਸੂਚਨਾ ਦੇ ਆਧਾਰ ਤੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਹਰਜਿੰਦਰ ਕੁਮਾਰ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਹ ਤਸਕਰੀ ਕਰਦਾ ਹੈ। ਹਰਜਿੰਦਰ ਕੌਰ ਤੇ ਰੋਹਿਤ ਕੁਮਾਰ ਦੋਵੇਂ ਰਿਸ਼ਤੇਦਾਰ ਹਨ ਅਤੇ ਫਲੌਰ ਦੇ ਪਿੰਡ ਸੇਲਕੀਆਣਾ ਦੇ ਵਸਨੀਕ ਹਨ। ਹਰਜਿੰਦਰ ਕੌਰ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋਸ਼ ਹੇਠ ਕਈ ਕੇਸ ਦਰਜ ਹਨ। ਫਿਲੌਰ ਇਲਾਕੇ ਵਿੱਚ ਤੈਨਾਤੀ ਦੌਰਾਨ ਹੀ ਹਰਜਿੰਦਰ ਸਿੰਘ ਉਕਤ ਔਰਤ ਦੇ ਸੰਪਰਕ ਵਿੱਚ ਆਇਆ ਸੀ। ਲੁਧਿਆਣਾ ਰੇਂਜ ਨੇ ਇੰਸਪੈਕਟਰ ਹਰਬੰਸ ਸਿੰਘ ਹਰਾਂ ਦੀ ਜਿਹੜਾ FIR ਨੰਬਰ 298 ਸੀ ਰਜਿਸਟਰ ਕੀਤੀ ਹੈ, ਜਿਹਦੇ ਵਿੱਚ ਇੱਕ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਜੋ ਕਿ ਲੁਧਿਆਣਾ ਵਿਖੇ ਡਿਵੀਜ਼ਨ ਨੰਬਰ 5 ਵਿੱਚ ਐਡੀਸ਼ਨ SHO ਤੌਰ ਦੇ ਬਤੌਰ ਕੰਮ ਕਰ ਰਿਹਾ ਸੀਗਾ, ਉਸ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ। ਫਰਦਰ ਤਫਤੀਸ਼ ਦੇ ਦੌਰਾਨ ਇਸ ਦੇ ਦੋ ਸਾਥੀ, ਇੱਕ ਲੇਡੀ ਹਰਜਿੰਦਰ ਕੌਰ ਔਰ ਇੱਕ ਰੋਹਿਤ ਕੁਮਾਰ ਨੂੰ ਅਰੈਸਟ ਕੀਤਾ, ਜਿਹੜੇ ਕਿ ਫਲੌਰ ਦੇ ਏਰੀਏ ਦੇ ਰਹਿਣ ਵਾਲੇ ਨੇ, ਸੇਲੀਕਿਆਣਾ ਪਿੰਡ ਦੇ। ਉਹਨਾਂ ਕੋਲੋਂ 830 ਗ੍ਰਾਮ ਜਿਹੜੀ ਹੈ ਹੋਰ ਹੈਰੋਇਨ ਬਰਾਮਦ ਕੀਤੀ। ਇਸ ਤਰ੍ਹਾਂ ਜਿਹੜਾ ਇਹ ਨੈਟਵਰਕ ਜਿਹੜਾ ਸੀਗਾ ਲੁਧਿਆਣਾ ਔਰ ਫਲੌਰ ਉੱਥੇ ਆਸ ਪਾਸ ਦੇ ਇਲਾਕੇ ਦੇ ਵਿੱਚ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦਾ ਸੀਗਾ, ਇਹ ਅਸੀਂ ਬ੍ਰੇਕ ਕੀਤਾ ਔਰ ਜਿਹੜਾ ਹੈਗਾ ਹੁਣ ਅਸੀਂ ਇਹਨਾਂ ਦੀ ਫਰਦਰ ਤਫਤੀਸ਼ ਕਰਾਂਗੇ ਤਾਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।